ਹੈਲੋ एवरीवन ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀਆਂ ਜੀ ਨੋਟਸ ਹੈ ਜੀ ਪੀਐਸ ਟੈਟ ਦੇ ਨਾਲ ਸੰਬੰਧਿਤ ਜਿਹੜੀਆਂ ਵੀਡੀਓਜ਼ ਐ ਉਹ ਮੈਂ ਅਪਲੋਡ ਕਰ ਰਹੀਆਂ ਆ ਭਾਵੇਂ ਬੇਸਿਕ ਬੇਸਿਕ ਜਿਹੜੀ ਆ ਆਪਾਂ ਕਰ ਰਹੇ ਆ ਜਿਹੜੀ ਇਹ ਨੌਲੇਜ ਜਿਹੜੀ ਤੁਹਾਡੇ ਲਈ ਜ਼ਰੂਰੀ ਐ ਜਿਹੜੀ ਉਹ ਨੌਲੇਜ ਆਪਾਂ ਕਰ ਰਹੇ ਆ ਸੋ ਆਪਾਂ ਕਰਾਂਗੇ ਇਹਨੂੰ ਸਾਰੇ ਨੂੰ ਕਵਰ ਸਾਰੇ ਟਾਪਿਕ ਹੋਰ ਵੀ ਇੰਪੋਰਟੈਂਟ ਕੁਐਸਚਨ ਆਪਾਂ ਦੇਖਾਂਗੇ ਆਪਾਂ ਜਿਹੜਾ ਸੀਡੀਪੀ ਨੂੰ ਜ਼ਿਆਦਾ ਜਿਹੜਾ ਆਪਾਂ ਦੇਖਾਂਗੇ ਜੀ ਸੀਡੀਪੀ ਤੇ ਫੋਕਸ ਕਰਾਂਗੇ ਪਹਿਲਾਂ ਪੂਰਾ ਫੋਰ ਜੋ ਜਿੰਦੇ ਵਿੱਚ ਜਿਹੜਾ 30 ਦਾ 30 ਨੰਬਰ ਇਹ ਜਿਹੜੇ ਉਹ ਤੁਸੀਂ ਲੈ पाओ ਤੇ ਪੰਜਾਬੀ ਦੇ ਵਿੱਚੋਂ ਤਾਂ ਜਿਹੜਾ 30 ਦਾ 30 ਨੰਬਰ ਲੈਣ ਦੇ ਜਿਹੜੇ ਚਾਂਸ ਪੂਰੇ ਹੁੰਦੇ ਆ ਉਹ ਸੌਖਾ ਹੀ ਹੁੰਦਾ ਤਾਂ ਸੀਡੀਪੀ ਦੇ ਵਿੱਚ 30 ਤੇ ਬਾਕੀ ਪਿੱਛੇ ਰਹਿ ਜਾਣਗੇ ਜੀ 30 ਨੰਬਰ ਤਾਂ ਉਹਨਾਂ ਲਈ ਵੀ ਆਪਾਂ ਕਰਾਂਗੇ ਐਸਐਸਟੀ ਦਾ ਟੌਪਿਕ ਕਰਾਂਗੇ ਆਪਾਂ ਬਟ ਪਹਿਲਾਂ ਜੀ ਇਹ ਸੀਡੀਪੀ ਹੈ ਜੀ ਇਹਦੇ ਵਿੱਚ ਅੱਜ ਆਪਾਂ ਕਰਾਂਗੇ ਜੀ ਜਨ ਨਾਲ ਹੋਣ ਵਾਲੀਆਂ ਬਿਮਾਰੀਆਂ ਕਿਹੜੀਆਂ-ਕਿਹੜੀਆਂ ਨੇ ਠੀਕ ਹੈ ਕਿਹੜੀਆਂ-ਕਿਹੜੀਆਂ ਬਿਮਾਰੀਆਂ ਨੇ ਜਾਂ ਜਿਹੜੀਆਂ ਬਿਮਾਰੀਆਂ ਇਹ ਹੁੰਦੀਆਂ ਨੇ ਇਹ ਡੀਐਨਏ ਦੀ ਗੜਬੜੀ ਕਰਕੇ ਹੁੰਦੀਆਂ ਨੇ ਤੇ ਇੱਕ ਪੀੜੀ ਤੋਂ ਦੂਜੀ ਪੀੜੀ ਦੇ ਵਿੱਚ ਜਿਹੜੀਆਂ ਨੇ ਚਲੀਆਂ ਜਾਂਦੀਆਂ ਨੇ ਸੋ ਬਦਲ ਵੀ ਜਾਂਦੀਆਂ ਨੇ ਠੀਕ ਹੈ ਉਹ ਕਿਹੜੀਆਂ-ਕਿਹੜੀਆਂ ਇਹ ਬਿਮਾਰੀਆਂ ਹੁੰਦੀਆਂ ਨੇ ਡਿਸਆਰਡਰਸ ਹੁੰਦੇ ਨੇ ਆਪਾਂ ਇਹਨਾਂ ਦੇ ਬਾਰੇ ਦੇ ਵਿੱਚ ਹੀ ਗੱਲ ਕਰਾਂਗੇ ਜਦ ਨਾਲ ਹੋਣ ਵਾਲੀਆਂ ਬਿਮਾਰੀਆਂ ਡੀਐਨਡੀ ਗੜਬੜੀ ਕਰਕੇ ਹੁੰਦੀਆਂ ਨੇ ਇਹ ਇੱਕ ਪੀੜੀ ਤੋਂ ਦੂਜੀ ਪੀੜੀ ਵਿੱਚ ਬਦਲ ਜਾਂਦੇ ਨੇ ਫਸਟ ਹੈ ਜੀ ਕਲਰ ਬ্লাইਂਡਨੈਸ ਹੋ ਜਾਂਦੀ ਹੈ ਰੰਗ ਅੰਧਤਾ ਰੰਗ ਅੰਧਤਾ ਹੁੰਦੀ ਹੈ ਇਹਦੇ ਵਿੱਚ ਰੰਗ ਨੂੰ ਜਿਹੜੀ ਪਛਾਣਨ ਦੀ ਜਿਹੜੀ ਸਮੱਸਿਆ ਹੈ ਉਹ ਆਉਂਦੀ ਹੈ ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਜੇ ਕਲਰ ਬ্লাইਂਡਨੈਸ ਇੱਕ ਡਿਸਆਰਡਰ ਵੀ ਹੈ ਕੰਗ ਅੰਦਰ ਤਾਈ ਨੂੰ ਕਹਿੰਦੇ ਆ ਪੰਜਾਬੀ ਦੇ ਵਿੱਚ ਇਸ ਵਿੱਚ ਪ੍ਰੋਬਲਮ ਕੀ ਆਉਂਦੀ ਹੈ ਕਿ ਜਿਹੜਾ ਰੋਗੀ ਹੁੰਦਾ ਜਿੰਨੂੰ ਇਹ ਰੋਗ ਹੁੰਦਾ ਹੈ ਉਹ ਲਾਲ ਅਤੇ ਹਰਾ ਰੰਗ ਪਛਾਣਨ ਦੇ ਵਿੱਚ ਉਹਨੂੰ ਜਿਹੜੀ ਸਮੱਸਿਆ ਆਉਂਦੀ ਹੈ ਇਸ ਵਿੱਚ ਰੋਗੀ ਨੂੰ ਲਾਲ ਅਤੇ ਹਰਾ ਰੰਗ ਜਿਹੜੀ ਪਛਾਣਨ ਵਿੱਚ ਸਮੱਸਿਆ ਆਉਂਦੀ ਹੈ ਇਹ ਦੋਵੇਂ ਰੰਗ ਗਰੇ ਦਿਖਦੇ ਹਨ ਇਹ ਰੋਗ ਹੈ ਜਿਹੜਾ ਪੁਰਸ਼ਾਂ ਦੇ ਵਿੱਚ ਜ਼ਿਆਦਾ ਹੁੰਦਾ ਇਸ ਇਹਦੇ ਨਾਲ ਕੀ ਹੁੰਦਾ ਰੋਗੀ ਨੂੰ ਜਿਹੜਾ ਲਾਲ ਤੇ ਹਰਾ ਰੰਗ ਜਿਹੜਾ ਪਛਾਣ ਕਰਨ ਦੇ ਵਿੱਚ ਸਮੱਸਿਆ ਹੁੰਦੀ ਹੈ ਠੀਕ ਹੈ ਨਾ ਤਾਂ ਉਹ ਲਾਲ ਰੰਗ ਨੂੰ ਪਛਾਣ ਪਾਉਂਦਾ ਤੇ ਨਾ ਹੀ ਉਹ ਹਰੇ ਰੰਗ ਨੂੰ ਪਛਾਣ ਪਾਉਂਦਾ ਉਹਨੂੰ ਇਹ ਦੋਨੋਂ ਰੰਗ ਗਰੇ ਦੇਖਦੇ ਨੇ ਠੀਕ ਹੈ ਇਹ ਰੋਗ ਜ਼ਿਆਦਾਤਰ ਜਿਹੜਾ ਮੇਲ ਦੇ ਵਿੱਚ ਹੁੰਦਾ ਪੁਰਸ਼ਾਂ ਦੇ ਵਿੱਚ ਇਹ ਜ਼ਿਆਦਾ ਹੁੰਦਾ ਹੈ ਸੈਕਿੰਡ ਹੈ ਜੀ ਕਲਿਫਟ ਲਿਪ ਕਲਿਫਟ ਲਿਪ ਵੀ ਇੱਕ ਜਿਹੜਾ ਰੋਗ ਹੈ ਇਹਨੂੰ ਫਾਲਤੂ ਸਿੰਡਰੋਮ ਵੀ ਕਹਿ ਦਿੰਦੇ ਨੇ ਰੋਗੀ ਦਾ ਇਹਦੇ ਵਿੱਚ ਨਾਲ ਕੀ ਹੁੰਦਾ ਕਲਿਫਟ ਲਿਪ ਦੇ ਨਾਲ ਕਲਿਫਟ ਲਿਪ ਦੇ ਨਾਲ ਰੋਗੀ ਦਾ ਉੱਪਰਲਾ ਬੋਲ ਹੈ ਜਿਹੜਾ ਉਹ ਫਟ ਜਾਂਦਾ ਹੈ ਤਾਂ ਤਾਲੂ ਵਿੱਚ ਜਿਹੜਾ ਤਾਲੂ ਹੁੰਦਾ ਉਹਦੇ ਵਿੱਚ ਜਿਹੜੀ ਦਰਾੜ ਹੈ ਉਹ ਪੈ ਜਾਂਦੀ ਹੈ ਇਸ ਨਾਲ ਰੋਗੀ ਜਿਹੜਾ ਮੱਧ ਬੁੱਧੀ ਅਤੇ ਅੱਖਾਂ ਦੇ ਰੋਗ ਨਾਲ ਪ੍ਰਭਾਵਿਤ ਹੋ ਜਾਂਦਾ ਜਿਹੜਾ ਰੋਗੀ ਇਹਨ ਦੇ ਵਿੱਚ ਉਹ ਮੱਧ ਬੁੱਧੀ ਹੋ ਜਾਂਦਾ ਹੈ ਤੇ ਅੱਖਾਂ ਦੇ ਰੋਗ ਦੇ ਨਾਲ ਵੀ ਜਿਹੜਾ ਪ੍ਰਭਾਵਿਤ ਹੈ ਉਹ ਹੋ ਸਕਦਾ ਹੈ ਰੋਗੀ ਦਾ ਜਿਹੜਾ ਉੱਪਰਲਾ ਬੋਲ ਹੈ ਉਹ ਫਟ ਜਾਂਦਾ ਹੈ ਤੇ ਤਾਲੂ ਜਿਹੜਾ ਹੁੰਦਾ ਉਹਦੇ ਵਿੱਚ ਦਰਾੜ ਪੈ ਜਾਂਦੀ ਹੈ ਇਸ ਨਾਲ ਰੋਗੀ ਜਿਹੜਾ ਮੱਧ ਬੁਗੀ ਹੋ ਜਾਂਦਾ ਤੇ ਅੱਖਾਂ ਦੇ ਰੋਗ ਅੱਖਾਂ ਦੇ ਰੋਗ ਉਸ ਰੋਗੀ ਨੂੰ ਹੋ ਜਾਂਦੇ ਨੇ ਕਲਿਫਟ ਲਿਪ ਲਿਪ ਤੋਂ ਹੀ ਪਤਾ ਲੱਗ ਜਾਂਦਾ ਕਿ ਉੱਪਰਲਾ ਬੋਲ ਹੈ ਜਿਹੜਾ ਫਟ ਜਾਂਦਾ ਤਾਂ ਇੱਥੋਂ ਯਾਦ ਰੱਖਣਾ ਤੁਹਾਨੂੰ ਸੌਖਾ ਜੀ ਲਿਪ ਤੋਂ ਕਿ ਬੋਲ ਦੀ ਗੱਲ ਹੋ ਰਹੀ ਹੈ ਦਰੋਗੀ ਮੱਦਬੂਧੀ ਹੋ ਜਾਂਦਾ ਤੇ ਅੱਖਾਂ ਦੇ ਰੋਗ ਹੋ ਜਾਂਦੇ ਆ ਨੈਕਸਟ ਹੈ ਜੀ ਆਸਟਿਨਸ ਸਪੈਕਟਰਮ ਡਿਸਆਰਡਰ ਇਹਨੂੰ ESD ਵੀ ਕਹਿ ਦਿੱਤਾ ਜਾਂਦਾ ਇਹ ਸਾਰੇ ਇੰਪੋਰਟੈਂਟ ਹੈ ਜੀ ਇਹ ਪੁੱਛ ਲਏ ਜਾਂਦੇ ਨੇ ਐਗਜ਼ਾਮ ਦੇ ਵਿੱਚ ਇਸੇ ਕਰਕੇ ਜਿਹੜੇ ਤੁਹਾਨੂੰ ਜਿਹੜੇ ਨੋਟਸ ਦੇ ਜ਼ਰੀਏ ਕਰਵਾ ਰਹੇ ਆ ਇਹ ਪੁੱਛ ਲਏ ਜਾਂਦੇ ਐਗਜ਼ਾਮ ਦੇ ਵਿੱਚ ਆਸਟਿਨ ਸਪੈਕਟਰਮ ਡਿਸਆਰਡਰ ESD ਠੀਕ ਹੈ ਇੰਟਰਐਕਸ਼ਨ ਲਗਾ ਲਓ ਸਪੈਕਟਰਮ ਦਾ ਕੀ ਮਤਲਬ ਹੈ ਦੇਖਣਾ ਇੰਟਰਐਕਸ਼ਨ ਇਹ ਸੰਚਾਰ ਅਤੇ ਵਿਵਹਾਰ ਦੇ ਨਾਲ ਸੰਬੰਧਿਤ ਜਿਹੜਾ ਇਹ ਸੰਚਾਰ ਅਤੇ ਵਿਵਹਾਰ ਨਾਲ ਸੰਬੰਧਿਤ ਜਿਹੜਾ ਡਿਸਆਰਡਰ ਹੈ ਠੀਕ ਹੈ ਬੱਚਾ ਸਿਰੋਗ ਨਾਲ ਦੂਸਰੇ ਨਾਲ ਗੱਲਬਾਤ ਨਹੀਂ ਕਰ ਪਾਉਂਦਾ ਇਹ ਸੰਚਾਰ ਅਤੇ ਵਿਵਹਾਰ ਦੇ ਨਾਲ ਜਿਹੜਾ ਸੰਬੰਧਿਤ ਡਿਸਆਰਡਰ ਹੈ ਇਹਦੇ ਵਿੱਚ ਜਿਹੜਾ ਬਿਹੇਵੀਅਰ ਹੈ ਜਿਹੜਾ ਜਿਹੜਾ ਕਮਿਊਨੀਕੇਸ਼ਨ ਕਰਨੀ ਹੈ ਗੱਲਬਾਤ ਕਰਨੀ ਆਉਂਦੇ ਨਾਲ ਸੰਬੰਧਿਤ ਹੈ ਜੀ ਇਹ ਰੋਗ ਬੱਚਾ ਕੀ ਹੈ ਜਿਹੜੇਸ ਬੱਚੇ ਨੂੰ ਇਹ ਰੋਗ ਹੁੰਦਾ ਹੈ ਆਸਟਮ ਸਪੈਕਟਰਮ ਡਿਸਆਰਡਰ ਬੱਚਾ ਕੀ ਹੈ ਦੂਜਿਆਂ ਨਾਲ ਜਿਹੜੀ ਗੱਲਬਾਤ ਨਹੀਂ ਕਰ ਪਾਉਂਦਾ ਉਹ ਸ਼ਰਮੁੰਦਾ ਹੈ ਠੀਕ ਹੈ ਉਹ ਦੂਸਿਆਂ ਨਾਲ ਜਿਹੜੀ ਖੁੱਲ ਕੇ ਜਿਹੜੀ ਗੱਲਬਾਤ ਹੈ ਉਹ ਨਹੀਂ ਕਰ ਪਾਉਂਦਾ ਤਾਂ ਇਸ ਨੂੰ ਯਾਦ ਰੱਖੋ ਤੁਸੀਂ ASD ਆਸਟਮ ਸਪੈਕਟਰਮ ਡਿਸਆਰਡਰ ਸਪੈਕਟਰਮ ਦੀ ਖਣਾਇ ਇੰਟਰੈਕਸ਼ਨ ਨਹੀਂ ਕਰ ਪਾਉਂਦਾ ਬੱਚਾ ਨੈਕਸਟ ਹੈ ਜੀ ਫੈਟਲ ਐਲਕੋਹਲ ਸਿੰਡਰੋਮ ਸੋ ਫੈਟਲ ਐਲਕੋਹਲ ਅਲਕੋਹਲ ਦਾ ਮਤਲਬ ਡਰਿੰਕ ਸਿੰਡਰੋਮ ਇਹਨੂੰ FASV ਕਹਿ ਦਿੱਤਾ ਜਾਂਦਾ ਹੈ ਫੈਟਲ ਅਲਕੋਹਲ ਫੈਟਲ ਫੈਟਲ ਅਲਕੋਹਲ ਸਿੰਡਰੋਮ ਐਫ ਏ ਐਸ ਜੇਕਰ ਕੋਈ ਔਰਤ ਅਲਕੋਹਲ ਦੀ ਆਦੀ ਹੋਵੇ ਤਾਂ ਉਸ ਦਾ ਬੱਚੇ ਦਾ ਸਰੀਰਕ ਤੇ ਮਾਨਸਿਕ ਤੌਰ ਤੇ ਨੁਕਸਾਨ ਤਾਂ ਜੇ ਜੋ ਔਰਤ ਉਹ ਗਰਭਤੀ ਹੈ ਤਾਂ ਉਹ ਡਰਿੰਕ ਕਰਦੀ ਹੈ ਤਾਂ ਬਿਲਕੁਲ ਹੀ ਬੱਚੇ ਦੇ ਜਿਹੜਾ ਪ੍ਰਭਾਵ ਪਵੇਗਾ ਸਰੀਰਕ ਤੌਰ ਤੇ ਵੀ ਪਵੇਗਾ ਤੇ ਮਾਨਸਿਕ ਤੌਰ ਤੇ ਪਵੇਗਾ ਤੇ ਉੱਥੋਂ ਜਿਹੜਾ ਬੱਚਾ ਹੈ ਉਹਨੂੰ ਜਿਹੜਾ ਰੋਗ ਹੈ ਉਹ ਹੋ ਜਾਂਦਾ ਹੈ ਤੇ ਇਹਨੂੰ ਕੀ ਬੋਲਿਆ ਜਾਂਦਾ ਫੈਟਲ ਅਲਕੋਹਲ ਸਿੰਡਰੋਮ FAS ਇਸਾਰੇ ਹੀ ਇੰਪੋਰਟੈਂਟ ਹੈ ਜਿੰਨੇ ਵੀ ਡਿਸਆਰਡਰਸ ਆ ਜਿੰਨੀਆਂ ਵੀ ਇਹ ਬਿਮਾਰੀਆਂ ਲਗਾ ਲੋ ਇਹ ਸਾਰੀਆਂ ਜਿਹੜੀਆਂ ਇੰਪੋਰਟੈਂਟ ਹੈ ਤਾਂ ਕਿਤੇ ਨਾ ਕਿਤੇ ਜਾ ਕੇ ਪੁੱਛ ਲਿਆ ਜਾਂਦਾ ਜੀ ਪੀਐਸ ਟੱਟ ਦੇ ਵਿੱਚ ਫੈਟਲ ਅਲਕੋਹਲ ਸਿੰਡਰਮ ਐਫੀਐਸ ਸੋ ਏਟ ਡ੍ਰਿੰਕ ਦੇ ਨਾਲ ਸੰਬੰਧਿਤ ਹੈ ਜੀ ਨੈਕਸਟ ਹੈ ਜੀ ਮਾਈਕੋ ਮਾਈਕੋਸੈਫ ਸੈਫਲੀ ਮਾਈਕਰੋ ਮਾਈਕ ਮਾਈਕਰੋਸੈਫਲ ਮਾਈਕਰੋ ਤੋਂ ਛੋਟਾ ਮਾਈਕਰੋ ਦਾ ਮਤਲਬ ਹੁੰਦਾ ਛੋਟਾ ਹੈ ਨਾ ਸੈਫਲ ਇਸ ਵਿੱਚ ਬੱਚੇ ਦਾ ਦਿਮਾਗ ਹੈ ਮਾਂ ਦੇ ਪੇਟ ਵਿੱਚ ਜਿਹੜਾ ਉਹ ਛੋਟਾ ਰਹਿ ਜਾਂਦਾ ਬੱਚੇ ਦਾ ਬ੍ਰੇਨ ਅੰਦਰ ਵੱਲ ਧਸਿਆ ਹੁੰਦਾ ਹੈ ਸੋ ਬੱਚੇ ਦਾ ਜਿਹੜਾ ਬ੍ਰੇਨ ਹੈ ਉਹ ਅੰਦਰ ਵੱਲ ਧਸਿਆ ਹੁੰਦਾ ਹੈ ਤੇ ਦਿਮਾਗ ਹੈ ਬੱਚੇ ਦਾ ਇਸ ਵਿੱਚ ਬੱਚੇ ਦਾ ਦਿਮਾਗ ਮਾਂ ਦੇ ਪੇਟ ਦੇ ਵਿੱਚ ਹੈ ਜਿਹੜਾ ਉਹ ਛੋਟਾ ਰਹਿ ਜਾਂਦਾ ਉਹ ਵਿਕਸਿਤ ਨਹੀਂ ਹੁੰਦਾ ਠੀਕ ਹੈ ਬੱਚੇ ਦਾ ਜਿਹੜਾ ਦਿਮਾਗ ਹੈ ਉਹ ਮਾਂ ਦੇ ਪੇਟ ਦੇ ਵਿੱਚ ਜਿਹੜਾ ਛੋਟਾ ਰਹਿ ਜਾਂਦਾ ਵਾ ਤੇ ਉਹਦਾ ਜਿਹੜਾ ਬ੍ਰੇਨ ਹੈ ਉਹ ਅੰਦਰ ਵੱਲ ਧਸਿਆ ਹੁੰਦਾ ਏ ਠੀਕ ਹੈ ਜਿਹੜਾ ਬ੍ਰੇਨ ਵੀ ਹੈ ਅੰਦਰ ਵੱਲ ਧਸਿਆ ਹੁੰਦਾ ਹੈ ਸੋ ਇਹਨੂੰ ਮਾਈਕਰੋਸੈਫਲ ਬੋਲਦੇ ਆ ਠੀਕ ਹੈ ਮਾਈਕਰੋ ਤੋਂ ਛੋਟਾ ਤੇ ਛੋਟਾ ਤੋਂ ਜ਼ਿਆਦਾ ਛੋਟਾ ਦਿਮਾਗ ਸੋ ਪੁੱਛ ਲਿਆ ਜਾਂਦਾ ਹੈ ਕਿ ਜਦੋਂ ਬੱਚੇ ਦਾ ਬੱਚੇ ਦਾ ਜਿਹੜਾ ਦਿਮਾਗ ਹੈ ਉਹ ਛੋਟਾ ਰਹਿ ਜਾਂਦਾ ਮਾਂ ਦੇ ਪੇਟ ਦੇ ਵਿੱਚ ਤੇ ਉਸ ਨੂੰ ਕੀੜਾ ਰੋਗ ਹੈ ਤਾਂ ਉਦੋਂ ਤੁਸੀਂ ਮਾਈਕਰੋਸੈਫਲ ਰੋਗ ਤੇ ਜਿਹੜਾ ਟਿੱਕਾ ਹੈ ਉਹ ਤੁਸੀਂ ਕਰਨਾ ਹੋਵੇਗਾ ਸੋ ਨੂੰ ਜਿਹੜਾ ਡਾਰਕ ਕਰਨਾ ਹੋਵੇਗਾ ਮਾਈਕਰੋਸੈਫਲ ਸੋ ਇਹ ਸਾਰੇ ਰੋਗ ਯਾਦ ਰੱਖੋ ਨੈਕਸਟ ਹੈ ਜੀ ਐਲਬੀਨਿਜ਼ਮ ਐਲਬੀਨਿਜ਼ਮ ਹੈ ਇਸ ਵਿੱਚ ਪਰਸਨ ਬਹੁਤ ਜ਼ਿਆਦਾ ਗੋਰਾ ਗੋਰਾ ਹੁੰਦਾ ਪਰਸਨ ਬਹੁਤ ਜ਼ਿਆਦਾ ਵਾਲ ਚਿੱਟੇ ਹੁੰਦੇ ਨੇ ਆਉਂਦੇ ਅੱਖਾਂ ਦਾ ਰੰਗ ਲਾਲ ਹੁੰਦਾ ਤੇ ਉਹ ਦੇਖ ਨਹੀਂ ਪਾਉਂਦਾ ਇਹ ਪਰਸਨ ਠੀਕ ਹੈ ਤਾਂ ਕੀ ਹੁੰਦਾ ਹੈ ਪਰਸਨ ਜਿਹੜਾ ਉਹ ਬਹੁਤ ਜ਼ਿਆਦਾ ਜਿਹੜਾ ਗੋਰਾ ਹੁੰਦਾ ਤੇ ਉਹਦੇ ਵਾਲ ਚਿੱਟੇ ਹੁੰਦੇ ਨੇ ਤੇ ਅੱਖਾਂ ਦਾ ਰੰਗ ਜਿਹੜਾ ਲਾਲ ਹੁੰਦਾ ਤੇ ਬੱਚਾ ਜਿਹੜਾ ਦੇਖ ਨਹੀਂ ਪਾਉਂਦਾ ਠੀਕ ਹੈ ਇਹ ਵਾਲਾ ਜਿਹੜਾ ਪਰਸਨ ਹੁੰਦਾ ਉਹ ਦੇਖ ਨਹੀਂ ਪਾਉਂਦਾ ਅੱਖਾਂ ਦਾ ਰੰਗ ਉਹਦਾ ਲਾਲ ਹੁੰਦਾ ਤੇ ਵਾਲ ਉਹਦੇ ਚਿੱਟੇ ਹੋ ਜਾਂਦੇ ਨੇ ਤੇ ਰੰਗ ਆਉਂਦਾ ਬਹੁਤ ਜ਼ਿਆਦਾ ਗੋਰਾ ਹੁੰਦਾ ਜਿਹਨੂੰ ਆਪਾਂ ਲਗਾ ਲਓ ਫਲੇਰੀ ਵੀ ਕਹਿ ਦਿੰਨੇ ਆ ਹਨ ਤਾਂ ਉਹਨੂੰ ਕੀ ਹੈ ਅਲਬੀਨਿਜ਼ਮ ਰੋਗ ਹੈ ਠੀਕ ਹੈ ਰੰਗ ਗੋਰਾ ਵਾਲ ਚਿੱਟੇ ਹੋ ਜਾਂਦੇ ਅੱਖਾਂ ਦਾ ਰੰਗ ਲਾਲ ਤੇ ਦੇਖ ਨਹੀਂ ਪਾਉਂਦਾ ਪਰਸਨ ਅਲਬੀਨਿਜ਼ਮ ਹੁੰਦੀ ਐ ਨੂੰ ਅਲਬੀਨਿਜ਼ਮ ਠੀਕ ਐ ਨੈਕਸਟ ਐ ਜੀ ਡਾਊਨ ਸਿੰਡਰੋਮ ਐ ਜੀ ਡਾਊਨ ਸਿੰਡਰੋਮ ਰੋਗ ਐ ਅਗੇ ਸਰੀਰ ਅਨਿਜਮਤ ਹੁੰਦਾ ਐ ਸਰੀਰ ਅਨਿਜਮਤ ਹੁੰਦਾ ਐ ਬਾਕੀ ਸਧਾਰਨ ਸਰੀਰਾਂ ਤਰ੍ਹਾਂ ਨਹੀਂ ਹੁੰਦਾ ਜਿਵੇਂ ਕਿ ਕਿਸੇ ਨੂੰ ਪੋਲੀਓ ਆਇਆ ਤਾਂ ਉਹਨੂੰ ਆਪਾਂ ਸਧਾਰਨ ਨਹੀਂ ਕਹਿ ਸਕਦੇ ਹਨ ਉਹ ਸਰੀਰ ਨੂੰ ਸਧਾਰਨ ਨਹੀਂ ਨਾ ਕਹਿ ਸਕਦੇ ਸਰੀਰ ਅਨਿਜਮਤ ਹੁੰਦਾ ਠੀਕ ਐ ਸਰੀਰ ਸਧਾਰਨ ਨਹੀਂ ਹੁੰਦਾ ਦੂਸਰੇ ਸਰੀਰ ਦੀ ਤਰ੍ਹਾਂ ਬੱਚਾ ਮੱਦ ਬੁੱਧੀ ਹੁੰਦਾ ਹੈ ਅੱਖਾਂ ਟੇਡੀਆਂ ਮੇਡੀਆਂ ਹੁੰਦੀਆਂ ਇਹਦੇ ਵਿੱਚ ਜਿਹੜਾ ਬੱਚਾ ਹੈ ਉਹ ਮੰਦ ਬੁੱਧੀ ਹੁੰਦਾ ਹੈ ਤੇ ਅੱਖਾਂ ਨੇ ਉਹ ਜੜੀਆਂ ਟੇਡੀਆਂ ਮੇਡੀਆਂ ਹੁੰਦੀਆਂ ਨੇ ਸਰੀਰ ਨਿਜਮਤ ਹੁੰਦਾ ਹੈ ਠੀਕ ਹੈ ਜਿਵੇਂ ਪੋਲੀਓ ਵਗੈਰਾ ਹੋ ਜਾਂਦਾ ਸਰੀਰ ਸਧਾਰਨ ਨਹੀਂ ਹੁੰਦਾ ਦੂਸਰੇ ਸਰੀਰ ਦੀ ਤਰ੍ਹਾਂ ਬੱਚਾ ਜਿਹੜਾ ਹੈ ਮੱਦ ਮੰਦ ਬੁੱਧੀ ਹੋਵੇਗਾ ਇਹਦੇ ਵਿੱਚ ਤੇ ਅੱਖਾਂ ਹੁੰਦੀਆਂ ਟੇਡੀਆਂ ਮੇਡੀਆਂ ਹੋਣਕੀਆਂ ਤੇ ਇਹ ਜਿਹੜਾ ਡਾਊਨ ਸਿੰਡਰੋਮ ਹੈ ਇਹਨੂੰ ਜਿਹੜਾ ਆਟੋਸੋਮਲ ਚਾਰ ਮੋਸੋਮਲ ਡਿਸਆਰਡਰ ਵੀ ਜਿਹੜਾ ਕਹਿ ਦਿੱਤਾ ਜਾਂਦਾ ਹੈ ਸੋ ਇਹਨੂੰ ਜਿਹੜਾ ਇਹਦੇ ਨਾਲ ਵੀ ਜਿਹੜਾ ਬੁਲਾ ਲਿਆ ਜਾਂਦਾ ਹੈ ਆਟੋਸੋਮਲ ਡਿਸਆਰਡਰ ਆਟੋ ਆਟੋਸੋਮਲ ਡਿਸਆਰਡਰ ਵੀ ਇਹਨੂੰ ਜਿਹੜਾ ਕਹਿ ਦਿੱਤਾ ਜਾਂਦਾ ਡਾਊਨ ਸਿੰਡਰੋਮ ਨੂੰ ਇਸੀ ਨੂੰ ਵੀ ਯਾਦ ਰੱਖੋ ਕਈ ਵਾਰੀ ਡਾਊਨ ਸਿੰਡਰੋਮ ਦੀ ਥਾਂ ਤੇ ਆਟੋਸੋਮਲ ਡਿਸਆਰਡਰ ਦਾ ਜਿਹੜਾ ਪ੍ਰਯੋਗ ਹੈ ਸ਼ਬਦ ਦਾ ਜਿਹੜਾ ਯੂਜ਼ ਹੈ ਉਹ ਕਰ ਲਿਆ ਜਾਂਦਾ ਏ ਡਾਊਨ ਸਿੰਡਰੋਮ ਠੀਕ ਹੈ ਜਿਵੇਂ ਪੋਲੀਗੋ ਵਗੈਰਾ ਹੁੰਦਾ ਜਿਹੜਾ ਜਿੰਨਾ ਬੱਚਿਆਂ ਨੂੰ 21ਵਾਂ ਕਰੋਮੋਸੋਮ 21ਵਾਂ ਕਰੋਮੋਸੋਮ ਜੇਕਰ ਦੋ ਪੇਅਰ ਦੀ ਜਗ੍ਹਾ ਤੇ ਹੁੰਦਾ ਹੈ ਤਾਂ ਇਸ ਵਿੱਚ ਤਾਂ ਉਸ ਨੂੰ ਡਾਊਨ ਸਿੰਡਰੋਮ ਹੈ ਜੇਕਰ ਹੁੰਦਾ ਜਿਹੜਾ 21ਵਾਂ ਜਿਹੜਾ ਕਰੋਮੋਸੋਮ ਹੈ ਨਾ ਹੁੰਦਾ 21ਵਾਂ ਕਰੋਮੋਸੋਮ ਹੈ ਜੇਕਰ ਉਹ ਦੋ ਪੇਅਰ ਦੇ ਵਿੱਚ ਹੈ 21ਵਾਂ ਕਰੋਮੋਸੋਮ ਹੈ ਜੇਕਰ ਉਹ ਦੋ ਪੇਅਰ ਦੀ ਜਗ੍ਹਾ ਤੇ ਹੁੰਦਾ ਤਾਂ ਉਸ ਨੂੰ ਡਾਊਨ ਤਾਂ ਉਸ ਨੂੰ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਇਸ ਪਰਸਨ ਨੂੰ ਜਿਹੜਾ ਡਾਊਨ ਡਾਊਨ ਸਿੰਡਰੋਮ ਹੈ 21ਵਾਂ ਕਰੋਮੋਸੋਮ ਜੇਕਰ ਦੋ ਪੇਅਰ ਦੀ ਜਗ੍ਹਾ ਤੇ ਹੁੰਦਾ ਤਾਂ ਜਿਸ ਵਿੱਚ ਤਾਂ ਇਸ ਨੂੰ ਡਾਊਨ ਡਾਊਨ ਸਿੰਡਰੋਮ ਹੈ ਆ ਤਾਂ ਉਸ ਬੱਚੇ ਨੂੰ ਆਪਾਂ ਡਾਊਨ ਸਿੰਡਰੋਮ ਕਹਿੰਨੇ ਆ ਰੋ ਕਹਿੰਨੇ ਆ ਨੈਕਸਟ ਹੈ ਜੀ ਰੈਟਾ ਸਿੰਡਰੋਮ ਇਹ ਜਿਹੜਾ ਰੋਗ ਹੈ ਲਗਾ ਲੋ ਜਿਹੜਾ ਇਹ ਵਾਲਾ ਜਿਹੜਾ ਲੜਕੀਆਂ ਦੇ ਵਿੱਚ ਜ਼ਿਆਦਾ ਹੁੰਦਾ ਹੈ ਇਹਦੇ ਵਿੱਚ ਕੀ ਹੁੰਦਾ ਦਿਮਾਗ ਬੱਚੇ ਦਾ ਵਿਕਸਤ ਨਹੀਂ ਹੁੰਦਾ ਉਹ ਗੱਲਬਾਤ ਵੀ ਨਹੀਂ ਕਰ ਸਕਦਾ ਬੱਚਾ ਗਤੀ ਵਿਕਾਸ ਆਪਾਂ ਇਹਦੇ ਵਿੱਚ ਕੀਤਾ ਸੀ ਮੋਟਰ ਡਵੈਲਪਮੈਂਟ ਨਹੀਂ ਹੋ ਪਉਂਦੀ ਆਉਂਦੀ ਮੋਟਰ ਡਵੈਲਪਮੈਂਟ ਆਪਾਂ ਪੜਿਆ ਸੀ ਨਾ ਜਿੰਦੇ ਵਿੱਚ ਮਾਸਪੇਸ਼ੀਆਂ ਵਰਕ ਕਰਦੀਆਂ ਸੀਗੀਆਂ ਸੋ ਇਸ ਰੋਗ ਦੇ ਵਿੱਚ ਕੀ ਹੈ ਮਾਸਪੇਸ਼ੀਆਂ ਵਰਕ ਨਹੀਂ ਕਰਦੀਆਂ ਆਉਂਦੀ ਮੋਟਰ ਡਵੈਲਪਮੈਂਟ ਨਹੀਂ ਹੁੰਦੀ ਜਿੰਦੇ ਵਿੱਚ ਆਪਾਂ ਗਰੋਸ ਤੇ ਫਾਈਨ ਕੀਤੀ ਸੀਗੀ ਗਰੋਸ ਤੇ ਫਾਈਨ ਆਪਾਂ ਅ ਗੱਲ ਕੀਤੀ ਸੀ ਗਰੋਸ ਤੇ ਫਾਈਨ ਮੋਟਰ ਡਵੈਲਪਮੈਂਟ ਦੀ ਗਰੋਸ ਦੇ ਵਿੱਚ ਵੱਡੀ ਮਾਸਪੇਸ਼ੀ ਕੰਮ ਕਰਦੀ ਹੈ ਫਾਈਨ ਦੇ ਵਿੱਚ ਛੋਟੀ ਜਿਵੇਂ ਹੱਥ ਦੀਆਂ ਉਂਗਲਾਂ ਗਰੋਸ ਦੇ ਵਿੱਚ ਵੱਡੀਆਂ ਮਾਸਪੇਸ਼ੀਆਂ ਕੰਮ ਕਰਦੀਆਂ ਨੇ ਹੈਨਾ ਤਾਂ ਇਹਦੇ ਵਿੱਚ ਕੀ ਹੈ ਸਿਰੋਗ ਦੇ ਨਾਲ ਨਾ ਤਾਂ ਗਰੋਸ ਕੰਮ ਕਰਦਾ ਤੇ ਨਾ ਹੀ ਫਾਈਨ ਕੰਮ ਕਰਦਾ ਹੈ ਨਾ ਵੱਡੀਆਂ ਮਾਸਪੇਸ਼ੀਆਂ ਕੰਮ ਕਰਦੀਆਂ ਤੇ ਨਾ ਹੀ ਛੋਟੀਆਂ ਕੰਮ ਕਰਦੀਆਂ ਨੇ ਉਹਦੀ ਜਿਹੜੀ ਮੋਟਰ ਡਵੈਲਪਮੈਂਟ ਆ ਉਸ ਇਸ ਰੋਗ ਨਾਲ ਪੀੜਤ ਦੀ ਹੋ ਨਹੀਂ ਪਉਂਦੀ ਤੇ ਲੜਕੀਆਂ ਦੇ ਵਿੱਚ ਇਹ ਜਿਹੜੇ ਜ਼ਿਆਦਾ ਜਿਹੜੇ ਰੋਗ ਆ ਉਹ ਦੇਖਣ ਨੂੰ ਮਿਲਦੇ ਨੇ ਦਿਮਾਗ ਵੀ ਵਿਕਸਤ ਨਹੀਂ ਹੁੰਦਾ ਗੱਲਬਾਤ ਵੀ ਨਹੀਂ ਕਰ ਪਾਉਂਦਾ ਤੇ ਮੋਟਰ ਡਵੈਲਪਮੈਂਟ ਵੀ ਹੋ ਨਹੀਂ ਪਉਂਦੀ ਤੇ ਮਾਸਪੇਸ਼ੀਆਂ ਉਹ ਵੀ ਵਰਕ ਨਹੀਂ ਕਰਦੀਆਂ ਨੈਕਸਟ ਆ ਗਿਆ ਜੀ ਸਿਰਬਲ ਸਿਰਬਰ ਪਲਸੀ ਸਿਰਬਲ ਪਲਸੀ ਇਹਨੂੰ ਸੀਸੀਪ ਕਿਹਾ ਜਾਂਦਾ ਹੈ ਸਰਬਲ ਸਿਰਬਲ ਪਲਸੀ ਇਹਦੀ ਸੀਪ ਕਿਹਾ ਜਾਂਦਾ ਹੈ ਇਸ ਬਿਮਾਰੀ ਵਿੱਚ ਬੱਚੇ ਦੀਆਂ ਮਾਸਪੇਸ਼ੀਂਆਂ ਕਿਰਿਆਵਾਂ ਅਤੇ ਤਾਲਮੇਲ ਦੀ ਸਮੱਸਿਆ ਆਉਂਦੀ ਹੈ ਇਸ ਬਿਮਾਰੀ ਵਿੱਚ ਕੀ ਹੈ ਬੱਚੇ ਦੀਆਂ ਮਾਸਪੇਸ਼ੀਂਆਂ ਦੀਆਂ ਕਿਰਿਆਵਾਂ ਅਤੇ ਤਾਲਮੇਲ ਦੀ ਜਿਹੜੀ ਸਮੱਸਿਆ ਆਉਂਦੀ ਹੈ ਮਾਸਪੇਸ਼ੀਂਆਂ ਦੀਆਂ ਜੋ ਕਿਰਿਆਵਾਂ ਨੇ ਤੇ ਉਹਨਾਂ ਦੇ ਵਿੱਚ ਜਿਹੜੀ ਤਾਲਮੇਲ ਦੀ ਸਮੱਸਿਆ ਇੱਥੇ ਆਉਂਦੀ ਹੈ ਸਿਰੇਬਲ ਨੂੰ ਆਪਾਂ ਕੀ ਕਹਿੰਦੇ ਆ ਦਿਮਾਗ ਤੇ ਪਲਸੀ ਨੂੰ ਕਹਿੰਦੇ ਆ ਸਰੀਰਿਕ ਕਿਰਿਆਵਾਂ ਦੀ ਸਮੱਸਿਆ ਮਤਲਬ ਸਰੀਰਿਕ ਕਿਰਿਆਵਾਂ ਨੇ ਵਰ ਕਿੰਦੇ ਨਾਲ ਕਰਨਾ ਹੁੰਦਾ ਦਿਮਾਗ ਦੇ ਨਾਲ ਤੇ ਦਿਮਾਗ ਤੇ ਜਿਹੜੀਆਂ ਵੀ ਕਿਰਿਆਵਾਂ ਕਰਨੀਆਂ ਨੇ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਜਿਹੜਾ ਤਾਲਮੇਲ ਹੈ ਉਹ ਨਹੀਂ ਹੋ ਪਉਂਦਾ ਤੇ ਜਦੋਂ ਤਾਲਮੇਲ ਨਹੀਂ ਹੋ ਪੰਦਾ ਤੇ ਇਸ ਰੋਗ ਨੂੰ ਕਿਹਾ ਦਿੱਤਾ ਜਾਂਦਾ ਸੀਪੀ ਸਿਰਬਲ ਜਿਹੜਾ ਪਲਸੀ ਜਿਹੜਾ ਰੋਗ ਹੈ ਉਹ ਕਹਿ ਦਿੱਤਾ ਜਾਂਦਾ ਹੈ ਇਸ ਬਿਮਾਰੀ ਵਿੱਚ ਬੱਚੇ ਦੀਆਂ ਮਾਸਪੇਸ਼ੀ ਦੀਆਂ ਕਿਰਿਆਵਾਂ ਅਤੇ ਤਾਲਮਿਲ ਦੀ ਸਮੱਸਿਆ ਹੁੰਦੀ ਹੈ ਇਸ ਬਿਮਾਰੀ ਵਿੱਚ ਬੱਚੇ ਦੀਆਂ ਮਾਸਪੇਸ਼ੀਆਂ ਦੀਆਂ ਕਿਰਿਆਵਾਂ ਨੇ ਜਿਹੜੀਆਂ ਅਤੇ ਤਾਲਮਿਲ ਦੀ ਸਮੱਸਿਆ ਹੁੰਦੀ ਹੈ ਠੀਕ ਹੈ ਸਿਰਬਲ ਪਲਸੀ ਸਿਰਬਲ ਦਿਮਾਗ ਪਲਸੀ ਸਰੀਰਿਕ ਕਿਰਿਆਵਾਂ ਦੀ ਸਮੱਸਿਆ ਸੋ ਦਿਮਾਗ ਤੇ ਜੋ ਵੀ ਕੰਮ ਕਰ ਕਰਨੇ ਹਨ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਜਿਹੜਾ ਤਾਲ ਮਿਲਾ ਉਹ ਨਹੀਂ ਹੋ ਪੰਦਾ ਤੇ ਇਹਨੂੰ ਕਹਿ ਦਿੱਤਾ ਜਾਂਦਾ ਜੀ ਸਿਰਬਲ ਪਲਸੀ ਸੀਪੀ ਇਹ ਵੀ ਰੋਗ ਹੈ ਜੀ ਇਹ ਵੀ ਵੇਖਣ ਨੂੰ ਜਿਹੜਾ ਰੋਗ ਹੈ ਉਹ ਮਿਲਦਾ ਹੈ ਸੋ ਇਹ ਸੀਗਾ ਜੀ ਡਿਸਆਰਡਰਸ ਜੋ ਰੋਗ ਨੇ ਸੋ ਇਹ ਬਹੁਤ ਹੀ ਸਾਰੇ ਜਿਹੜੇ ਸਾਰੇ ਜਿੰਨੇ ਵੀ ਨੇ ਸਾਰੇ ਹੀ ਬਹੁਤ ਹੀ ਇੰਪੋਰਟੈਂਟ ਹੈ ਸਾਰੇ ਹੀ ਇੰਪੋਰਟੈਂਟ ਹੈ ਤੇ ਇਹਨਾਂ ਦੇਖ ਲਓ ਇਹਨਾਂ ਨੂੰ ਇਹਦੇ ਵਿੱਚ ਇੱਕ ਅੱਧਾ ਜਿਹੜਾ ਕੁਐਸਚਨ ਹੈ ਉਹ ਤਾਂ ਜਿਹੜਾ ਪੁੱਛ ਹੀ ਲਿਆ ਜਾਂਦਾ ਹੈ ਸੋ ਏਸੀਗਾ ਜੀ ਆਪਣਾ ਆਪਣੇ ਨੋਟਸ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਆਪਣੇ ਫਰੈਂਡਸ ਦੇ ਨਾਲ WhatsApp ਗਰੁੱਪ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਓ ਤੇ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਜੋ ਮੇਰੀਆਂ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ ਥੈਂਕਸ ਫॉर ਵਾਚਿੰਗ